तो जी अभी मशीन जो है ना वो बंद करने पड़ी, उसकी वजह ये थी कि मशीन खराब हो गई है। अस्सलाम वालेकुम एवरीवन एंड वेलकम बैक टू अनदर व्लॉग। और आज के व्लॉग क्या करते हैं जी गाइस, तो अभी का सीन ये ट्राले पे बैठे हुए हैं, गंदम लेके जा रहे हैं हम एक खेत से दूसरे खेत में, तो ये गिरने वाली है। तो अभी मैं ऊपर बैठा हूँ पकड़ के, जनाब सारे भाई जो है ना अपने लेबर सारी अपनी है माशाल्लाह। तो आज हम खुद जो है ना गंदम की दहाई करेंगे तो आपको दिखाएंगे साथ। तो अभी हम ट्राले पर जा रहे हैं, तो एक वो गिर गई अभी उसको लेके जाएंगे, एक ये खुली हुई है उसकी भी चल चल ठीक है। तो अभी जनाब हम लेके जा रहे हैं, उम्मीद है इंशाल्लाह बगैर बिखरे बुखरे पहुंच जाए, बस ये डाउट कर रही है। आए फाइनली जी मशीन अपनी इधर आ चुकी है, सारा कुछ ओके है। तो अभी जनाब ये चक्कर से तो बढ़ियाँ पड़ी हुई हैं सारी, तो वो लड़के उठा उठा के उधर से ला रहे हैं, अभी थोड़े छोड़े उधर ले कर चलते हैं। ओ जी काम स्टार्ट हो गया अलहम्दुलिल्लाह। बहुत ज़्यादा जो है ना भागना पड़ रहा है मशीन के साथ साथ, कभी इधर को कभी उधर को, तभी इसीलिए जनाब लोग भी नहीं मैं बना पाया, अभी मुकम्मल हो गया काम। तो अभी जनाब ना देखते हैं ये जो बिखरे हुए सिक्के ना सारे स्प्रिंगल के साथ इकट्ठा करके जनाब मशीन में फेंके जा रहे हैं, इधर कर सिक्के बड़े बिखरे हुए हैं इधर ना, आगे दूसरे एकड़ की बैंक दे रहे ना इसलिए। तो अभी जनाब इधर उठाला था और इधर दाने सारे आ गए। अभी भाई साहब जो है ना वो काम ये हुआ कि ट्रैक्टर वो हो गया ख़राब, बेल्ट जो है ना टूट गया इसका। तो अभी अगला दिन है, तो अभी वो ट्रैक्टर वाला भाई जो है ना वो चले गया उधर से लेने के लिए बेल्ट, अभी लेके आएगा तो फिर दोबारा काम स्टार्ट होगा। तो जी अभी मशीन जो है ना वो बंद करनी पड़ी, उसकी वजह ये थी कि मशीन ख़राब हो गई। अभी झट को आस्ता आस्ता चलने की वैसे ही माड़ा हो गया है। लो
अभी रुक गई है मशीन, तो अभी दोबारा बेल्ट चढ़ाएंगे भाई तो फिर चलेगी। खराब बनेगा? खराब है। ਜਿੱਡਾ ਸੌਖਾ ਜਿਹੜਾ ਐਵੇਂ ਲੈ ਜਾਣਾ ਹੈ। ਹਾਂ ਢਿੱਲਾ ਨਹੀਂ ਹੈਗਾ ਇੱਥੋਂ, ਹਾਂ ਖਰਾਬ ਜਿਹਾ ਹੋਇਆ, ਟੁੱਟਾ ਹੈ ਸਾਰਾ, ਨਵਾਂ ਨਹੀਂ ਹੈਗਾ ਕੋਈ। ਖਲੋ ਜਾ, ਅਜੇ ਵੀ ਖਲੋ ਜਾ, ਅਜੇ ਵੀ ਖਲੋ ਜਾ, ਪੂਰਾ ਲੈ ਆਏਂਗੇ ਇਹਦੇ ਨਾਲ ਦਾ ਨੰਬਰ ਬੱਚਾ ਜਾ ਪਿੰਡੋਂ ਲਾ ਪਿੰਡੋਂ ਲੱਭ ਜਾਏਗਾ ਹੱਲੇ ਤਾਂ ਪੱਕਾ ਨਾ, ਤੂੰ ਹੱਲੇ ਹੀ ਨਿਕਲ ਚੱਲ। ਹਾਂ ਸੇਖਮ ਚਲਾ ਜਾ, ਸੇਖਮ ਸੇਖਮ ਤੋਂ ਵੀ ਮੁਸ਼ਕਿਲ ਹੱਲੇ ਹੁਣ ਲੱਭ ਜਾਣਾ, ਉੱਥੋਂ ਨਾ ਲੱਭੇ ਫਿਰ ਅਗਲੇ ਪਾਸੇ ਸਿੱਧਾ ਹੱਲੇ ਜਾਵੇ, ਹਾਂ ਉੱਥੋਂ ਲੱਭ ਜਾਏਗਾ। ਇਹਦਾ ਇਹੀ ਬੈਲਟ ਹੀ ਬਾਬਾ, ਪਹਿਲੇ ਟੁੱਟਾ ਸੀ, ਮੈਂ ਲੂਜ਼ ਸੀ ਤਾਂ ਹੀ ਡਿੱਗਾ। ਚਾਬੀ ਅਸਲ ਵਿੱਚ ਵਿੱਚ ਚਲੋ ਜੀ ਬੰਦ ਹੋ ਗਿਆ, ਅਭੀ ਕਾਫੀ ਦੇਰ ਸੇ ਖੜਾ ਥਾ। ਜਬ ਫੁੱਲ ਗਰਮ ਹੋਤਾ ਨਾ ਟ੍ਰੈਕਟਰ ਤੋ ਇਸਕੋ ਜ਼ਿਆਦਾ ਦੇਰ ਜੋ ਹੈ ਨਾ ਇੱਕਦਮ ਬੰਦ ਨਹੀਂ ਕਰਤੇ, 10 ਮਿੰਟ ਹੋ ਗਏ ਵੀ ਬੰਦ ਹੋਏ ਤਾਂ ਫਿਰ ਇਸਕੋ ਬੰਦ ਕੀਤਾ, ਨੁਕਸਾਨ ਹੋਤਾ ਡਰਾਈਵਰ ਹਜ਼ਰਾਤ ਹੀ ਕਹਤੇ ਹੈ। ਤੋ ਅਭੀ ਜਨਾਬ ਉਹ ਚਲੇ ਗਏ, ਲੈਣੇ ਅਭੀ ਲੈ ਕੇ ਆਤਾ, ਤੋ ਫਿਰ ਜਨਾਬ ਹਮ ਇੱਧਰ ਬੈਲਟ ਯੇ ਵਾਲਾ ਟੁੱਟ ਗਿਆ, ਫਿਰ ਲੈ ਕੇ ਆਏਗਾ ਫਿਰ ਹਮ ਬਣਾਏਗੇ। ਚਾਹ ਸਾਰੀ ਵੱਡੀ ਸਾਹਿਬ ਪੱਟੀ ਜੀ, ਯਕੀਨ ਮੰਨ ਉੱਥੋਂ ਮੈਂ ਕਣਕ ਢੋਈ ਹੈ, ਹਕੀਕਤ ਗੱਲ ਹੀ ਇੱਕ ਭਰੀ ਨੇ ਨਹੀਂ ਉਹ ਆਸੇ ਪਾਸੇ ਕੀਤਾ, ਮੈਂ ਸਿਰ ਤੇ ਜਿੱਥੇ ਰੱਖ ਲੈਂਦਾ ਉੱਥੇ ਜਾ ਕੇ ਉੱਥੇ ਹੀ ਲਾਉਂਦਾ ਭਾਈ। ਉਹ ਬੰਨੀਆਂ ਕਿੰਨੇ ਸੀ? ਮੈਂ ਬੰਨੀਆਂ ਸੀ ਆਸੇ ਭੈਣ ਦੇ ਕੁਵਾਰੇ ਬੰਦੇ, ਗੰਦੇ ਬੰਦੇ ਦੇ ਹੱਥ ਉਸ ਪੰਡ ਨੂੰ ਲੱਗੇ, ਪੰਡ ਢਿੱਲੀ ਨਹੀਂ ਸੀ ਕਿਹੜੀ। ਲਓ ਜੀ ਜਨਾਬ ਆ ਗਿਆ ਬੈਲਟ ਲੈ ਕੇ 2 ਘੰਟਿਆਂ ਬਾਅਦ, ਘੰਟਾ ਲੱਗ ਹੀ ਗਿਆ ਹਨਾ। ਕਿੰਨੇ ਦਾ ਆਇਆ ਬੈਲਟ? 1500 ਦਾ ਆ ਬੈਲਟ, ਚੈੱਕ ਕਰੇ ਜਨਾਬ 1500 ਕਾ ਬੈਲਟ ਇਹ ਵਾਲਾ, ਉੱਤੇ ਰੱਖਣਾ ਇਹਦੇ ਨਾਲ ਹੋ ਜਾਏਗਾ ਇਹ ਖੁੱਲ ਕੇ ਪੈਣਾ। ਹਾਂ ਮੰਜੀ ਚੋਣ ਚਲੇ ਗਏ, ਟਾਈਮ ਨਾਲ ਗਏ ਨੇ ਆਪ ਹੀ ਗਏ, ਕੰਮ ਨਿਬੇੜ ਆਈਏ ਮੁੜ ਕੇ ਫਿਰ ਮਸ਼ੀਨ ਵੀ ਬੈਲਟ ਨਿਆ ਲਾ ਕੇ ਡਰਵਾਇਆ, ਆਧਾ ਘੰਟਾ ਪੌਣਾ ਘੰਟਾ ਉਸਨੇ ਲੈ ਕੇ ਉਸਕੇ ਬਾਅਦ ਜਨਾਬ ਬੈਲਟ ਮਸ਼ੀਨ ਚਲੀ ਹੈ, ਉਸਕੇ ਬਾਅਦ ਕਿਆ ਹੋਇਆ ਜੀ ਕਿ
ਅੰਧੇਰੀ ਆਈ ਇਤਨੀ ਜ਼ਿਆਦਾ ਕਿਸ ਤਰ੍ਹਾਂ ਦੱਸੇ ਰੋਟੀ ਬਦਲ ਗਿਆ ਭਾਈ ਸਾਹਿਬ ਅਭੀ ਚੇਂਜ ਕਰਨੇ ਲੱਗੇ ਦੂਸਰੀ ਤਰਫ ਜੇ ਚੱਕਰ ਅਭੀ ਤਰਫ ਜੀ ਕਣਕ ਹੀ ਭਾਰੀ ਹੋ ਗਈ ਹੈ ਸਵੇਰੇ ਆ ਲੇਬਰ ਜਿਹੜੀ ਨਾ ਥੱਕ ਗਏ ਬੰਦੇ ਆਪਣੀ ਆਹ ਬੰਦੇ ਕਣਕ ਦੇ ਲੱਗੇ ਨੇ ਇਹ ਜਿਹੜੇ ਬੰਦੇ ਨੇ ਇਹ ਥੱਕ ਗਏ ਸਾਰੇ ਇੱਕ ਦੁਆਵਾਂ ਕਰਨ ਲੱਗ ਪਏ ਅੱਲਾ ਗੋਲਾ ਨੇ ਪਹਿਲੋਂ ਇਹ ਟੁੱਟ ਗਿਆ ਸਬੱਬ ਬਣਿਆ ਕਿ ਆਹ ਬੈਲਟ ਟੁੱਟ ਗਿਆ ਭਾਈ ਉਸ ਤੋਂ ਬਾਅਦ ਜਨਾਬ ਠੰਡੀ ਹਵਾ ਚੱਲ ਗਈ ਅਤੇ ਹੁਣ ਮਸ਼ੀਨ ਦਾ ਰੁੱਖ ਬਦਲਣ ਲੱਗੇ ਪਹਿਲੇ ਤੀ ਮਗਰਬ ਸੇ ਮਸ਼ਰਕ ਕੀ ਤਰਫ ਲੱਗੀ ਮਸ਼ੀਨ ਅਭੀ ਸ਼ਮਾਲਾਂ ਦੀ ਨੁਬਨ ਹੋ ਗਈ ਇਸ ਤਰਫ ਕੋ ਵਾ ਬਿਲਕੁਲ ਓਪੋਜ਼ਿਟ ਹੋ ਗਈ ਇੱਥੇ ਭਾਈ ਹਰ ਬੰਦਾ ਫਿਜ਼ਿਕਸ ਲੜਾ ਰਿਹਾ ਕੋਈ ਕਹਿ ਰਹੇ ਨੇ ਐਨੂੰ ਲਾ ਦਿਓ ਕੋਈ ਕਹਿ ਰਿਹਾ ਜਿੱਥੇ ਚਾਚਾ ਫੁਲਕਾ ਕਹੇਗਾ ਉੱਥੇ ਮਸ਼ੀਨ ਲੱਗੇਗੀ ਅਭੀ ਭਾਈ ਸਾਹਿਬ ਕੱਲ੍ਹ ਗੰਦਮ ਸ਼ੰਦਮ ਕੀ ਗਾਈ ਚੱਲਦੀ ਰਹੀ ਰਾਤ ਤੱਕ ਜਨਾਬ ਮਸ਼ੀਨ ਚਲਦੀ ਰਹੀ ਤੋਂ ਬਾਅਦ ਉਹ ਲੈ ਕੇ ਕੱਲ੍ਹ ਮਸ਼ੀਨ ਔਰ ਥੀ ਪਰਸੋਂ ਔਰ ਕੱਲ੍ਹ ਜਾਣਾ ਉਹ ਚੇਂਜ ਕੀਤੀ ਉਸ ਵਜ੍ਹਾ ਇਹ ਸੀ ਕਿ ਉਹ ਨਿਬੇੜਾ ਨਹੀਂ ਸੀ ਕਰਤੀ ਪੰਜਾਬੀ ਮੈਂ ਜੋ ਕਿਲ ਸੇ ਕਰਤੇ ਨਾ ਤੋ ਫਿਰ ਜੋ ਅਗਲੇ ਦਿਨ ਮਸ਼ੀਨ ਸੀ ਉਹ ਚੇਂਜ ਹੋ ਗਈ ਤੀ ਤੋ ਅਭੀ ਜਨਾਬ ਉਹ ਦਾਣੇ ਸ਼ਾਣੇ ਸਾਰੇ ਸੰਭਾਲ ਲਈਏ ਤੋ ਵੀ ਮੈਂ ਅੱਜ ਕੇ ਉਹ ਲੋਕਾਂ ਕਰ ਰਹੀ ਹਾਂ ਐਂਡ ਉਮੀਦ ਕਰਤੇ ਆਪਕੋ ਵੀਡੀਓ ਅੱਛੀ ਲੱਗੀ ਹੋਗੀ ਅਗਰ ਵੀਡੀਓ ਅੱਛੀ ਲੱਗੀ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਵੀਡੀਓ ਕੋ ਕਰੇ ਲਾਈਕ ਔਰ ਤਲਾਸ਼ ਵੀ ਕਰ ਦੀਜੀ ਇਜਾਜ਼ਤ ਮਿਲੇਂਗੇ ਜੀ ਇਨਸ਼ਾਅੱਲਾ ਨੈਕਸਟ ਵੀਡੀਓ ਕੇ ਸਾਥ ਅੱਲਾ ਹਾਫਿਜ਼।